ਤੁਸੀਂ ਵੇਖ ਰਹੇ ਹੋ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਪ੍ਰੋਗਰਾਮ ਪਬਲਿਕ ਮੰਚ ਸਿਰਫ ਤੇ ਸਿਰਫ ਤੁਹਾਡੇ ਆਪਣੇ ਚੈਨਲ ਪੰਜਾਬ ਲਾਈਵ ਟੀਵੀ ਤੇ ਪਬਲਿਕ ਮੰਚ ਸ਼ਿਕਾਲ ਨਮਸਤੇ ਆਦਾਬ ਤੇ ਸਲਾਮ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਲਾਈਵ ਟੀਵੀ ਤੇ ਸੋਸ਼ਲ ਮੀਡੀਆ ਤੇ ਜਿਹੜਾ ਅੱਜ ਕੱਲ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਜਿਹੜੇ ਮੁੱਦੇ ਬੜੇ ਗਰਮ ਹੋ ਰਹੇ ਆ ਤੇ ਅੱਜ ਉਸੇ ਗਰਮ ਮੁੱਦੇ ਦੇ ਅਕੋਰਡਿੰਗ ਜਿਹੜਾ ਆ ਸੋਸ਼ਲ ਮੀਡੀਆ ਦਾ ਇੱਕ ਬਹੁਤ ਜਿਹੜਾ ਆ ਰੌਲਾ ਪੈ ਰਿਹਾ ਕਿਸੇ ਚੀਜ਼ ਨੂੰ ਲੈ ਕੇ ਉਹ ਤੁਹਾਡੇ ਨਾਲ ਦੱਸਦੇ ਆ ਕਿ ਮੁੱਦਾ ਕੀ ਆ ਤੇ ਅੱਜ ਮੇਰੇ ਕੋਲੇ ਮੌਜੂਦ ਆ ਜੀ MH ਵਾਨ ਦੀ ਬੜੀ ਪਿਆਰੀ ਤੇ ਸੁਰੀਲੀ ਆਵਾਜ਼ ਡੁਇਟ ਜੋੜੀ ਲੱਖਾ ਤੇ ਨਾਸ ਜੀ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਾਵਾ ਰੌਲੀ ਪਾਉਂਦੇ ਆ ਨੀ ਮੋੜਾਂ ਉੱਤੇ ਕਹੀ ਵਾਰੀ ਵੱਡੇ ਹੋਏ ਆ ਉਹ ਪਹਿਲਾਂ ਕੀਤੀ ਬਦਮਾਸ਼ੀ ਇੱਕ ਠੋਕੇ ਤੇ ਹੁਣ ਕੰਮ ਛੱਡੇ ਹੋਏ ਆ ਪਹਿਲਾਂ ਕੀਤੀ ਬਦਮਾਸ਼ੀ ਇੱਕ ਠੋਕੇ ਤੇ ਹੁਣ ਕੰਮ ਛੱਡੇ ਹੋਏ ਆ ਲੱਖਾ ਜੀ ਬਦਮਾਸ਼ੀ ਵਾਲਾ ਕੰਮ ਕਦੋਂ ਸ਼ੁਰੂ ਕੀਤਾ ਆਪਾਂ ਇਹ ਬਦਮਾਸ਼ੀ ਵਾਲਾ ਕੰਮ ਨਹੀਂ ਜੀ ਸ਼ੁਰੂ ਮੇਰੇ ਵੱਡੇ ਵੀਰ ਸੁੱਚਾ ਰੰਗੀਲਾ ਜੀ ਅਤੇ ਉਹਨਾਂ ਦਾ ਗੀਤ ਜਿਹੜਾ ਹੁਣੇ ਹੁਣੇ ਚੋਰੀ ਹੋਇਆ ਗੀਤ ਅਸੀਂ ਉਸ ਵਿਸ਼ੇ 'ਤੇ ਗੱਲ ਕਰਨ ਦਾ ਆ ਸਭ ਤੋਂ ਪਹਿਲਾਂ ਅਸੀਂ ਚੈਨਲ ਪੰਜਾਬ ਲਾਈਵ ਟੀਵੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਅੱਜ ਅਸੀਂ ਉਹਨਾਂ ਦੇ ਜ਼ਰੀਏ ਆਪਣੀ ਗੱਲ ਜਿਹੜੀ ਆ ਪਬਲਿਕ ਤੱਕ ਪਹੁੰਚਾ ਜਾ ਰਹੇ ਹਾਂ ਔਰ ਮੁੱਦਾ ਇਹ ਆ ਜੀ ਸਾਡੇ ਵੱਡੇ ਰਿਸਪੈਕਟਡ ਸਾਡੇ ਵੀਰ ਜੀ ਆ ਸੁੱਚਾ ਰੰਗੀਲਾ ਜੀ ਜਿਹੜਾ ਗੀਤ ਹੁਣੇ ਹੁਣੇ ਲੱਖਾ ਜੀ ਗਾ ਰਹੇ ਸੀ ਇਹ ਦਰਅਸਲ ਉਹਨਾਂ ਦਾ ਹੀ ਅੱਜ ਤੋਂ 10 ਸਾਲ ਪਹਿਲਾਂ ਗੀਤ ਆਇਆ ਹੋਇਆ ਔਰ ਯੂਟਿਊਬ 'ਤੇ ਤੁਸੀਂ ਦੇਖ ਵੀ ਸਕਦੇ ਹਾਂ ਸਾਰੇ ਸਾਡੇ ਬਹੁਤ ਹੀ ਇਹ ਅਸੀਂ ਇਹਨੂੰ ਕੀ ਕਹਿ ਸਕਦੇ ਹਾਂ ਕਿ ਕਲਾਕਾਰੀ ਜਿਹੜੀ ਲਾਈਨ ਆ ਉਹਦੇ ਲਈ ਬਹੁਤ ਗਲਤ ਗੱਲ ਕਹਿ ਸਕਦੇ ਹਾਂ ਮਾੜੀ ਗੱਲ ਆ ਕਿ ਜਦੋਂ ਆਪਣੇ ਕੋਈ ਰਿਸਪੈਕਟਡ ਜਿਹੜੇ ਆਰਟਿਸਟ ਹੁੰਦੇ ਆ ਉਹਨਾਂ ਦਾ ਕੋਈ ਕਿਉਂਕਿ ਇੱਕ ਜਿਹੜੇ ਆਰਟਿਸਟ ਦਾ ਗੀਤ ਆ ਉਹ ਬੱਚਾ ਇੱਕ ਕਿਸਮ ਦਾ ਹੁੰਦਾ ਆ ਪੁੱਤਾਂ ਵਾਂਗੂ ਪਾਲਦਾ ਆ ਜੇ ਉਹਨਾਂ ਨੇ ਆਪਣੇ ਟਾਈਮ 'ਤੇ ਇਹ ਗੀਤ ਗਾਇਆ ਅੱਜ ਤੋਂ 10 ਸਾਲ ਪਹਿਲਾਂ ਔਰ ਸਾਡੇ ਜਿਹੜੇ ਉਹਨਾਂ ਦੇ ਜੂਨੀਅਰ ਆਰਟਿਸਟ ਆ ਜੇ ਉਹਨਾਂ ਦਾ ਦਿਲ ਕੀਤਾ ਵੀ ਇਹ ਅਸੀਂ ਗੀਤ ਦੁਬਾਰਾ ਰੀਰਿਕਾਰਡ ਕਰੀਏ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ ਆਪਾਂ ਕਰਦੇ ਹਾਂ ਪਰ ਇੱਕ ਹੁੰਦਾ ਕਿ ਬਹੁਤ ਢੰਗ ਦੇ ਨਾਲ ਚੀਜ਼ ਕੀਤੀ ਜਾਂਦੀ ਕਿ ਉਹਨਾਂ ਦਾ ਨਾਮ ਲੈ ਕੇ ਜਾਂ ਰਾਈਟਰ ਦਾ ਨਾਮ ਲੈ ਕੇ ਕਿਉਂਕਿ ਉਹਨਾਂ ਦੇ ਪੱਲੇ ਇਹੀ ਹੁੰਦਾ ਰਾਈਟਰਸ ਦੇ ਜਾਂ ਹੈ ਨਾ ਕਿ ਉਹਨਾਂ ਨੂੰ ਪੁੱਛ ਕੇ ਕਿ ਅਸੀਂ ਤੁਹਾਡਾ ਇਹ ਗੀਤ ਕਰਨਾ ਚਾਹੁੰਦੇ ਕਿਉਂਕਿ ਅੱਜ ਕੱਲ੍ਹ ਤਾਂ ਕਵਰ ਸੌਂਗ ਦਾ ਜ਼ਮਾਨਾ ਆ ਕੋਈ ਮਾਇੰਡ ਨਹੀਂ ਕਰਦਾ ਅਤੇ ਪਰ ਉਹਨਾਂ ਨੇ ਸਾਡੇ ਹੀ ਆਰਟਿਸਟ ਵੀਰ ਆ ਕੁਛ ਜਿਨ੍ਹਾਂ ਨੇ 2-3 ਵਾਰ ਇਸ ਗੀਤ ਨੂੰ ਰਿਕਾਰਡ ਕੀਤਾ ਔਰ ਬਿਨਾਂ ਨੌਲੇਜ ਤੋਂ ਭਾਅ ਜੀ ਉਹਨਾਂ ਦੀ ਔਰ ਬਹੁਤ ਗਲਤ ਗੱਲ ਆ ਕਿਉਂਕਿ ਦੇਖੋ ਸਾਰਿਆਂ ਨੇ ਮਿਹਨਤ ਕੀਤੀ ਹੁੰਦੀ ਹੈ ਕੰਪੋਜੀਸ਼ਨ ਉਹਨਾਂ ਦੀ ਆ ਗੀਤ ਪੂਰਾ ਜਿੱਦਾਂ ਮਰਜ਼ੀ ਕਿਉਂਕਿ ਅੱਜ ਕੱਲ੍ਹ ਤਾਂ ਜ਼ਮਾਨਾ ਚੱਲਦਾ ਇੱਕ ਲਾਈਨ ਦਾ ਵਿੱਚੋਂ ਵੀ ਹੁਣ ਇੱਕ ਅੱਖਰ ਚੱਲਣ ਲੱਗ ਗਿਆ ਹੈ ਨਾ ਗੀਤ ਤਾਂ ਬਹੁਤ ਵੱਡੀ ਅੱਗੇ ਐਲਬਮਸ ਹੁੰਦੀਆਂ ਹੁੰਦੀਆਂ ਸੀ 10-10 ਗੀਤ ਹੁੰਦੇ ਸੀ ਉਹਦੇ ਵਿੱਚੋਂ 2 ਚੱਲ ਜਾਣੇ 4 ਚੱਲ ਜਾਣੇ ਫਿਰ ਟਾਈਮ ਸ਼ੋਰਟ ਹੋ ਗਿਆ ਜੀ ਹੁਣ ਸਿੰਗਲ ਟਰੈਕ ਦਾ ਜ਼ਮਾਨਾ ਸੀਗਾ ਹੁਣ ਸਿੰਗਲ ਟਰੈਕ ਪੂਰਾ ਕੋਈ ਨਹੀਂ ਸੁਣਦਾ ਸਿਰਫ ਇੱਕ ਲਾਈਨ ਦਾ ਅਤੇ ਲਾਈਨ ਦੇ ਵਿੱਚੋਂ ਇੱਕ ਸ਼ਬਦ ਹੀ ਹੁੰਦਾ ਜਿਹੜਾ ਬੱਚਾ ਬੱਚਾ ਗਾਉਂਦਾ ਆ ਹੈ ਨਾ ਅਤੇ ਬਹੁਤ ਮਾੜੀ ਗੱਲ ਆ ਇਹ ਜਿਨ੍ਹਾਂ ਨੇ ਵੀ ਇਹ ਕੀਤਾ ਆ ਬਹੁਤ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਪਲੀਜ਼ ਇੱਦਾਂ ਅੱਗੇ ਤੋਂ ਨਾ ਕਰੋ ਜੇ ਤੁਹਾਡੇ ਤੋਂ ਗਲਤੀ ਹੋਈ ਆ ਤਾਂ ਤੁਸੀਂ ਫੋਨ ਕਰਕੇ ਉਹਨਾਂ ਨੂੰ ਮਾਫ਼ੀ ਕਰੋ ਜਿਹੜਾ ਗੀਤ ਲਿਖਿਆ ਵਿਕਰ ਤਿੰਮੋ ਵਾਲੀ ਉਹਨਾਂ ਤੋਂ ਮਾਫ਼ੀ ਮੰਗ ਲੈਣ ਸੁੱਚਾ ਰੰਗੀਲਾ ਜੀ ਸਾਡੇ ਵੱਡੇ ਭਾਅ ਜੀ ਆ ਮੈਂ ਚਾਹੁੰਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਪਰ ਪੁੱਛਿਆ ਜਾਵੇ ਤਾਂ ਬਹੁਤ ਵਧੀਆ ਗੱਲ ਹਾਂਜੀ ਕਿਉਂਕਿ ਜੇ ਹੁਣ ਇੱਕ ਵਾਰ ਉਹਨਾਂ ਨੇ ਇੱਕ ਵਾਰ ਨਹੀਂ ਕੀਤਾ 2-3 ਆਰਟਿਸਟ ਆ ਜਿਨ੍ਹਾਂ ਨੇ ਕੀਤਾ ਦੁਬਾਰਾ ਗਲਤੀ ਕੀਤੀ ਆ ਅਤੇ ਨਾਮ ਤਾਂ ਅਸੀਂ ਨਹੀਂ ਲਵਾਂਗੇ ਉਹਨਾਂ ਦਾ ਕਿਉਂਕਿ ਪਤਾ ਹੀ ਆ ਸਾਰਿਆਂ ਨੂੰ ਔਰ ਜੇ ਅੱਜ ਉਹਨਾਂ ਲਈ ਨਹੀਂ ਅਸੀਂ ਬੋਲਦੇ ਤਾਂ ਕੱਲ੍ਹ ਨੂੰ ਹੋਰ ਸਾਡੇ ਗੀਤ ਚੋਰੀ ਹੋ ਸਕਦੇ ਉਹਨਾਂ ਦੇ ਗੀਤ ਵੀ ਚੋਰੀ ਹੋ ਸਕਦੇ ਤਾਂ ਸਾਰਿਆਂ ਨਾਲ ਹੈ ਨਾ ਹਾਂਜੀ ਕਿਉਂਕਿ ਹੋਰ ਬਹੁਤ ਕਿਉਂਕਿ ਦੇਖੋ ਇੰਨੇ ਪੁਰਾਣੇ ਆਰਟਿਸਟ ਸਾਡੇ ਜਿਹੜੇ ਆ ਪੁਰਾਣੇ ਗਾਣੇ ਗਾ ਗਾ ਕੇ ਅੱਜ ਕੱਲ੍ਹ ਤਾਂ ਸਾਰੇ ਚੱਲੀ ਜਾਂਦੇ ਚਮਕੀਲਾ ਜੀ ਦੀਆਂ ਕੰਪੋਜੀਸ਼ਨ ਕਰਤਾਰ ਅਮਲਾ ਜੀ ਦੀਆਂ ਹੈ ਨਾ ਪਰ ਉਹਦੇ 'ਚ ਮਾਇੰਡ ਨਹੀਂ ਹੁੰਦਾ ਇੱਕ ਨੌਲੇਜ 'ਚ ਹੁੰਦੀ ਆ ਚੀਜ਼ ਸਾਰਿਆਂ ਦੇ ਹੈ ਨਾ ਉਹ ਅਤੇ ਜੇ ਉਹਨਾਂ ਨੇ ਇਹ ਕੰਮ ਕੀਤਾ ਤਾਂ ਬਹੁਤ ਮਾੜਾ ਆ ਔਰ ਅਸੀਂ ਕਹਿੰਦੇ ਹਾਂ ਕਿ ਪਲੀਜ਼ ਅਸੀਂ ਸੁੱਚਾ ਰੰਗੀਲਾ ਜੀ ਉਹਨਾਂ ਦੇ ਨਾਲ ਹਾਂ ਮਨਦੀਪ ਮੈਂਡੀ ਉਹਨਾਂ ਦੇ ਔਰ ਅਸੀਂ ਉਹਨਾਂ ਦੇ ਪੱਖ ਦੇ ਵਿੱਚ ਬੋਲ ਰਹੇ ਹਾਂ ਕਿ ਇਹ ਗਲਤ ਗੱਲ ਆ ਔਰ ਅੱਗੇ ਤੋਂ ਪਲੀਜ਼ ਇੱਦਾਂ ਦਾ ਕੋਈ ਕਦਮ ਕੋਈ ਵੀ ਆਰਟਿਸਟ ਨਾ ਚੱਕੇ ਕਿਉਂਕਿ ਦੇਖੋ ਇੱਕ ਫੈਮਿਲੀ ਆ ਇਹਦੇ ਵਿੱਚ ਕਿਸੇ ਨੂੰ ਕੋਈ ਨਹੀਂ ਆ ਹੈ ਨਾ ਆਪਸ ਦੇ ਵਿੱਚ ਕਲਾਕਾਰੀ ਜਿਹੜੀ ਆ ਉਹ ਕਿਤੇ ਨਾ ਕਿਤੇ ਖਤਮ ਹੋ ਜਾਂਦੀ ਸੀ ਅਸੀਂ ਪਿੱਛੇ ਜੇ ਸੁੱਚਾ ਰੰਗੀਲਾ ਭਾਅ ਜੀ ਨੇ ਸਾਨੂੰ ਗਾਣਾ ਦਿੱਤਾ ਸੀਗਾ ਅਸੀਂ ਉਹਨਾਂ ਦੀ ਪਰਮਿਸ਼ਨ ਨਾਲ ਸੀਗਾ ਭਾਅ ਜੀ ਵੀ ਆਹ ਰਿਕਾਰਡ ਕਰਨਾ ਸਾਨੂੰ ਕੰਪੋਜੀਸ਼ਨ ਉਹਨਾਂ ਨੇ ਕਰਕੇ ਦਿੱਤੀ ਨਾ ਜੋ ਉਹਦੇ 2 ਬੋਲ ਸੁਣਾ ਦਿਓ ਆ ਗੁੱਡੀਆਂ ਤੇ ਪਟੋਲੇ ਵੇ ਮੈਂ ਪਾਤੇ ਵਿੱਚ ਪੜੋਲੇ ਦੇ ਆ ਗੁੱਡੀਆਂ ਤੇ ਪਟੋਲੇ ਵੇ ਮੈਂ ਪਾਤੇ ਵਿੱਚ ਪੜੋਲੇ ਵੇ ਮੈਂ ਭਰ ਜੋਵਨ ਮੁਟਿਆਰ ਹੋਏ ਜਗ ਲੱਗਦਾ ਨੀ ਮਾਨੀ ਵਾ ਮੈਂ ਤੇਰੇ ਮੇਚ ਦੀ ਮੈਂ ਤੇਰੇ ਹਾਣ ਦੀ ਮੈਂ ਤੇਰੇ ਮੇਚ ਦੀ ਹੋ ਗਈ ਵੇ ਦੁੱਧ ਸਣੇ ਮਲਾਈਆਂ ਪੀਵਾਂ ਮੈਂ ਤੇਰੇ ਹਾਣ ਦੀ ਹੋ ਗਈ ਵੇ ਦੁੱਧ ਸਣੇ ਮਲਾਈਆਂ ਪੀਵਾਂ ਪੁੰਨਿਆ ਦਾ ਚੰਨ ਲੱਗਦੀ ਹੈ ਯਾਰਾਂ ਦੇ ਦਿਲ ਨੂੰ
ਨੂੰ ਠੱਗ ਦੀਏ ਤੂੰ ਪੁੰਨਿਆ ਦਾ ਚੰਨ ਲੱਗਦੀ ਏ ਯਾਰਾਂ ਦੇ ਦਿਲ ਨੂੰ ਠੱਗ ਦੀਏ ਤੂੰ ਹੱਸਦੀ ਸੋਹਣੀ ਲੱਗਦੀ ਏ ਯਾਰਾਂ ਦੇ ਦਿਲ ਨੂੰ ਛੋਗੀ ਤੇਰੀ ਇਸ ਮੁੰਡੇ ਨਾਲ ਉਹ ਤੇਰੀ ਇਸ ਮੁੰਡੇ ਨਾਲ ਯਾਰੀ ਆ ਤੂੰ ਆਖਣ ਜੋਗੀ ਹੋ ਗਈ ਤੇਰੀ ਇਸ ਮੁੰਡੇ ਨਾਲ ਯਾਰੀ ਆ ਤੂੰ ਆਖਣ ਜੋਗੀ ਹੋ ਗਈ ਔਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਲੱਖਾ ਨਾਜ਼ ਜਿਹੜੇ MH1 ਅਤੇ ਇੱਕ ਡਿਊਟ ਜੋੜੀ ਦੇ ਤੌਰ 'ਤੇ ਤੁਹਾਡੇ ਸਾਰੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਅਤੇ ਅੱਜ ਸੁੱਚਾ ਰੰਗੀਲਾ ਜੀ ਦੇ ਪੱਖ ਲਈ ਇਹਨਾਂ ਨੇ ਪੰਜਾਬ ਲਾਈਵ ਟੀ ਵੀ ਨੂੰ ਬੁਲਾਇਆ ਸੀ ਔਰ ਦੋਸਤੋ ਇਹ ਜਿਹੜੇ ਮੁੱਦੇ ਹੁੰਦੇ ਨੇ ਇਹਨਾਂ ਨੂੰ ਸੋਚਿਆ ਕਰੋ ਸਮਝਿਆ ਕਰੋ ਅਤੇ ਫਿਰ ਕੋਈ ਫੈਸਲਾ ਲਿਆ ਕਰੋ ਮੈਂ ਸੁੱਖਾ ਬਸ਼ਰ ਚੀਫ ਬਿਊਰੋ ਨਰਿੰਦਰ ਪੰਡਾਲ ਦੇ